कहना भी ड्राइवर ने आना नहीं बस चला लग गया जी उदा कि नगेटर से कहना मैं साजरे जाके बस फड़नी हाँ मैनू दस के नहीं गया मेरा पुत मैनू दस के नहीं गया मैनू तो मेरा पुत दे दो मेरे पुत की कोई गलबात नहीं थी किसी नाल कोई कुड़ी का चक्कर नहीं थी मेरे पुत नूं पता नहीं की हो गया घरों काम ते आया प्रशासन कह रहा जी असी कॉल डिटेल कटाने अज आ जाओ कल नूं आ जाओ ब 4 बजे आ जाओ 12 बजे आ जाओ टाइम दे के इन्हां ने साढ़े 4-5 दिन निकाल दिते ने पुलिस की अणगहली कारण ये जो भाणा वापरिया बस से जाता थी कनैक्ट ही करता थी हूँ आप कहते ने चला लगे थी 8-7 दिन से सानू बाकी कोई पता नहीं 7 दिन हो गए अज साडी कोई सुनवाई नहीं हुई भगवंत साहब भगवंत मान वीर साडी कोई गरीबां दी सुनवाई नहीं अजकल पैसे वाले दी सुनवाई है एक घर का एक नौजवान चिराग जिहड़ा इन्हां नूं छड के जा चुकिया ते उहदे लई कसूरवार जे भावें कोई होवे पर इस टाइम जो हालात ने सीधे तौर पर पुलिस प्रशासन जिम्मेवार है मैं तो यही समझा भी जदों की सरकार आई है किसी का नौजवान दे गोलियां मारती किसी चाकू मारते कोई लोगों को इंसाफ नहीं मिल रहा ਸਮਰਾਲਾ ਦੇ ਪਿੰਡ ਰਾਜੇਵਾਲ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਸਰਹੰਦ ਨਹਿਰ 'ਚੋਂ ਮਿਲਣ ਮਗਰੋਂ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਲੁਧਿਆਣਾ ਰੋਡ ਜਾਮ ਕੀਤਾ ਪੁਲਿਸ ਦੇ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਗਾਏ ਗਏ ਨੇ ਧਰਨੇ ਦੌਰਾਨ ਮੰਗ ਕੀਤੀ ਗਈ ਕਿ ਕਥਿਤ ਦੋਸ਼ੀਆਂ ਖਿਲਾਫ਼ ਕਤਲ ਕੇਸ ਦਰਜ ਕੀਤਾ ਜਾਵੇ ਪਰਿਵਾਰਕ ਮੈਂਬਰਾਂ ਅਨੁਸਾਰ ਯਾਦਵਿੰਦਰ ਸਿੰਘ ਜਿਸਦੀ ਕਿ ਉਮਰ ਕਰੀਬ 21 ਸਾਲ ਸੀ ਜੋ ਕਿ ਬੱਸ ਕੰਡਕਟਰ ਸੀ ਪਿਛਲੇ 5 ਦਿਨਾਂ ਤੋਂ ਯਾਦਵਿੰਦਰ ਘਰ ਤੋਂ ਲਾਪਤਾ ਸੀ ਜਿਸਦੀ ਰਿਪੋਰਟ ਥਾਣੇ ਦਰਜ ਕਰਵਾਈ ਹੋਈ ਸੀ ਕੁਝ ਵਿਅਕਤੀਆਂ ਦੇ ਨਾਮ ਵੀ ਪੁਲਿਸ ਨੂੰ ਦੱਸੇ ਸੀ ਪਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਯਾਦਵਿੰਦਰ ਦੀ ਲਾਸ਼ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕੋਲੋਂ ਸਰਹੰਦ ਨਹਿਰ 'ਚੋਂ ਬਰਾਮਦ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਦੇ ਦੋ ਬਸ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਮੇਰਾ ਨਾਮ ਸਰਬਜੀਤ ਆ ਮੇਰਾ ਯਾਦਵਿੰਦਰ ਮੇਰਾ ਪੁੱਤ ਕੱਲਾ ਪੁੱਤ ਆ ਮੈਂ ਤਾਂ ਕੱਲੀ ਨੇ 20 ਸਾਲਾਂ ਦਾ ਮਸਾਂ ਪਾਲਿਆ ਮੈਂ ਤਾਂ ਨੰਗੇ ਪੈਰੀ ਫਿਰ ਕੇ ਮੈਨੂੰ ਤਾਂ ਮੇਰਾ ਪੁੱਤ ਦੇ ਦਿਓ ਮੇਰੇ ਪੁੱਤ ਦੀ ਕੋਈ ਗੱਲਬਾਤ ਨਹੀਂ ਸੀ ਕਿਸੇ ਨਾਲ ਕੋਈ ਕੁੜੀ ਦਾ ਚੱਕਰ ਨਹੀਂ ਸੀ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਹੋ ਗਿਆ ਘਰੋਂ ਕੰਮ 'ਤੇ ਆਇਆ 20 ਸਾਲ ਦਾ ਅਤੇ ਉਹ ਬੱਸ 'ਤੇ ਗਿਆ ਸੀਗਾ ਮੈਨੂੰ ਕਹਿੰਦਾ ਮੰਮੀ ਮੈਨੂੰ ਸਾਜਰੇ ਠਾਲ ਦੀ ਮੈਂ ਬੱਸ 'ਤੇ ਜਾਣਾ ਕਹਿੰਦਾ ਵੀ ਡਰਾਈਵਰ ਨੇ ਆਉਣਾ ਨਹੀਂ ਉਹ ਬੱਸ ਚਲਾਉਣ ਲੱਗ ਗਿਆ ਜਿਹਨੇ ਉਹ ਤੱਕ ਨੈਗੇਟਿਵ ਸੀਗਾ ਕਹਿੰਦਾ ਮੈਂ ਸਾਜਰੇ ਜਾ ਕੇ ਬੱਸ ਫੜਨੀ ਆ ਮੈਨੂੰ ਦੱਸ ਕੇ ਨਹੀਂ ਗਿਆ ਮੇਰਾ ਪੁੱਤ ਮੈਨੂੰ ਦੱਸ ਕੇ ਨਹੀਂ ਗਿਆ 26 ਤਰੀਕ ਸੋਮਵਾਰ ਦੇ ਦਿਨ ਆ ਮੈਨੂੰ ਨਹੀਂ ਪਤਾ ਕਿਹੜੀ ਤਰੀਕ ਸੀ ਨਹੀਂ ਮੈਂ ਪਤਾ ਨਹੀਂ ਇਹਨਾਂ ਨੇ ਰੱਖਾਈਆਂ ਮੈਨੂੰ ਵੀਰ ਜੀ ਮੈਨੂੰ ਕਿਸੇ ਨੇ ਨਿਕਲ ਨਹੀਂ ਦਿੱਤਾ ਬਾਹਰ ਮੈਨੂੰ ਮੇਰਾ ਪੁੱਤ ਦੇ ਦਿਓ ਮਹਾਂਦੇਵ ਮੇਰਾ ਪੁੱਤ ਦੇ ਦੇ ਮਹਾਂਦੇਵ ਬਸ ਮੇਰਾ ਪੁੱਤ ਦੇ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਮੇਰਾ ਪੁੱਤ ਦੇ ਦਿਓ ਮੈਨੂੰ ਤਾਂ ਪੁੱਤ ਮੇਰਾ ਨਾਮ ਪਰਮਜੀਤ ਕੌਰ ਮੇਰਾ ਗੱਬਰ ਮੈਂ ਮਾਸੀ ਹਾਂ ਉਹਦੀ ਉਹ ਇਹੋ ਜਿਹਾ ਬੱਚਾ ਹੈ ਨਹੀਂ ਸੀ ਉਹਦਾ ਯਾਦਵਿੰਦਰ ਸਿੰਘ ਸੀ ਰਿਪੋਰਟ ਅਸੀਂ ਥਾਣੇ ਲਿਖਾਈ ਹੈ 7 ਦਿਨ ਹੋ ਗਏ ਅੱਜ ਸਾਡੀ ਕੋਈ ਸੁਣਵਾਈ ਨਹੀਂ ਹੋਈ ਭਗਵੰਤ ਸਾਹਿਬ ਭਗਵੰਤ ਮਾਨ ਵੀਰ ਸਾਡੀ ਕੋਈ ਗਰੀਬਾਂ ਦੀ ਸੁਣਵਾਈ ਨਹੀਂ ਅੱਜ ਕੱਲ ਪੈਸੇ ਵਾਲੇ ਦੀ ਸੁਣਵਾਈ ਹੈ ਪਰ ਅਸੀਂ ਤੁਹਾਡੇ ਮੂਹਰੇ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਦਾ ਸਾਨੂੰ ਨਸਾਬ ਦਵਾਇਆ ਜਾਵੇ ਅਸੀਂ ਕੋਈ ਪੈਸਾ ਨਹੀਂ ਮੰਗਦੇ ਕਿਉਂਕਿ ਸਾਨੂੰ ਗਾਂ ਵਾਸਤੇ ਵੀ ਪਤਾ ਲੱਗ ਜਾਵੇ ਤੇ ਸਾਨੂੰ ਡੈਡ ਬੋਡੀ ਨਹਿਰ ਦੇ ਵਿੱਚੋਂ ਪਟਿਆਲੇ ਤੋਂ ਮਿਲੀ ਆ ਸਰ ਉਹਦੀ ਜੇਬ ਦੇ ਵਿੱਚ 2 ਸ਼ੀਟੀਆਂ ਬਿਸਲਾ ਦੀਆਂ ਬੱਸ ਦੀਆਂ ਸਾਨੂੰ ਨਸਾਬ ਚਾਹੀਦਾ ਸਾਨੂੰ ਨਸਾਬ ਚਾਹੀਦਾ ਮੇਰਾ ਨਾਮ ਜੀ ਗੁਰਦਰਸ਼ਨ ਸਿੰਘ ਪਿੰਡ ਕਿਹੜਾ ਪਿੰਡ ਮੇਰਾ ਪਿੰਡ ਹੜਿਆਣਾ ਮਾਛੀਵਾੜੇ ਕੋਲੇ ਬੱਚੇ ਦਾ ਨਾਂ ਯਾਦਵਿੰਦਰ ਸਿੰਘ ਇਹਦੀ ਉਮਰ ਸੀ 20-21 ਸਾਲ ਦੀ ਕੀ ਕੰਮ ਕਰਦਾ ਸੀ ਇਹ ਕੰਡਕਟਰੀ ਕਰਦਾ ਸੀ ਇਹ 26 ਤਰੀਕ ਨੂੰ ਸਵੇਰੇ 4 ਵਜੇ ਘਰੋਂ ਨਿਕਲਿਆ ਕਿ ਮੈਂ ਗੱਡੀ 'ਤੇ ਚੱਲਿਆ ਇੱਥੋਂ ਸਮਰਾਲੇ ਤੋਂ ਲੁਧਿਆਣਾ ਵਾਸਤੇ ਬੱਸ ਦੇ ਵਿੱਚ ਚੜ੍ਹਿਆ ਲੇਕਿਨ ਲੁਧਿਆਣੇ ਗੱਡੀ ਦੇ ਕੋਲ ਪਹੁੰਚਿਆ ਜੀ 26 ਤਰੀਕ ਨੂੰ ਸ਼ਾਮ ਰਾਤ ਨੂੰ 9:45 'ਤੇ ਇਹਨੇ ਆਪਣੀ ਮਾਂ ਅਤੇ ਦਾਦੀ ਨੂੰ ਫੋਨ ਕੀਤਾ ਕਿ ਮੈਂ ਲੇਟ ਹੋ ਜਾਣਾ ਇਸ ਕਰਕੇ ਮੈਂ ਗੱਡੀ ਵਿੱਚ ਪੈ ਜਾਣਾ ਮੈਂ ਘਰ ਨਹੀਂ ਆਉਣਾ
नहीं प्राइवेट से सर। उस बाद इहदा फोन आउट ऑफ कवरेज एरिया आने लग गया। 27 तरीक नूं सानूं घर इन्हां दे यादविंदर सिंह दे घर फोन आया कि जी तुहाडा लड़का कल भी नहीं गड्डी ते पहुंचिया, अज भी नहीं पहुंचा। असीं अपने दोस्तां विच रिश्तेदारियां च भाल कीती, सानूं किते नहीं मिलिया। उस तों बाद 28 तरीक नूं असीं पुलिस स्टेशन समराला विखे रिपोर्ट दर्ज कराई कि साडा बेटा लापता 19 तरीक तों। प्रशासन कह रहा जी असीं कॉल डिटेल कढाउने आ, अज आ जाइओ, कल नूं आ जाइओ, 4 बजे आ जाइओ, 12 बजे आ जाइओ, टाइम दे के इन्हां ने साडे 4-5 दिन निकाल दिते ने। पुलिस की अणगहली कारण यह जो भाणा वापरिया। कल सानू सोशल मीडिया द्वारा पता चलिया कि साडे बच्चे की लाश जालखेड़ी नहर दे विच पई है, फोटो आईयां, उसकी शिनाख्त की असी। पुलिस प्रशासन समराला नूं नाल लैके असी उत्थों उसकी डेड बॉडी लिया के समराला सिविल हॉस्पिटल च रख दी है, मोर्चरी च। साडी प्रशासन तो यह मंग आ कि जिस दिन तो असी रिपोर्ट दर्ज कराई है, पुलिस ने पूरी अणगहली वरती है, चुप वरती रखी है पुलिस ने, उसदा अगेंस्ट कोई कार्रवाई नहीं की। कॉल डिटेल का बहाना ला के सानू टरकाउंदे रहे। जिस दिन असी बॉडी लेके आए हाँ, यानी कि कल 1 तरीक नूं, सानू 4 नंबर फोन नंबर मिले जो कि साडे बच्चे दे कॉन्टैक्ट विच हमेशा रहिंदे सी। असी पुलिस प्रशासन नूं वो नंबर दे दिते कि जी इन्हां तों पुछगिछ की जाए। प्रशासन ने साडे कोलों नंबर लए नहीं। साडी मंग ये आ कि यह सानू इंसाफ दवाया जाए कि ये बच्चे नाल की पाणा वापर। अज जिहड़ा जाम लाया मेन इहदा मोटो प्रशासन नूं की कह रहे? साडा मेन मकसद यही आ कि प्रशासन इस दे तह तक जावे। ਧਰਨੇ ਦੌਰਾਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਦੀ ਨਲਾਇਕੀ ਹੈ, ਪੁਲਿਸ ਵਾਲੇ ਤਾਂ ਲਾਸ਼ ਲੈਣ ਲਈ ਵੀ ਢਿੱਲੀ ਕਾਰਜਸ਼ੈਲੀ ਕਰਦੇ ਰਹੇ। ਇੱਕ ਸਾਡੇ ਰਾਜੇ ਵਾਲਾ ਪਿੰਡ ਦਾ ਸਾਡਾ ਵੀਰ 20-21 ਸਾਲ ਦਾ, ਉਹਦੀ ਮੌਤ ਹੋ ਜਾਂਦੀ ਆ, ਉਹਦੀ ਲਾਸ਼ ਨਹਿਰ 'ਚੋਂ ਮਿਲਦੀ ਆ, ਜਿਹਦੇ ਬਾਰੇ ਪਰਿਵਾਰਕ ਮੈਂਬਰਾਂ ਨੇ ਅੱਜ ਤੋਂ 5 ਦਿਨ ਪਹਿਲਾਂ ਕੰਪਲੇਂਟ ਦਿੱਤੀ ਸੀ ਥਾਣੇ ਦੇ ਵੀ ਸਾਡਾ ਬੱਚਾ ਲਾਪਤਾ, ਉਹਦੇ ਬਾਰੇ ਪਤਾ ਕੀਤਾ ਜਾਵੇ। ਪਰ ਪਤਾ ਕਰਨਾ, ਪਤਾ ਤਾਂ ਕੀ ਕਰਨਾ ਸੀ, ਇਹ ਮੁੰਡਿਆਂ ਨੇ ਵਿਚਾਰਿਆਂ ਨੇ ਉਹਦੀ ਜਿਹੜੀ ਲਾਸ਼ ਦੀ ਫੋਟੋ ਵੀ, ਉਹ ਵੀ ਸੋਸ਼ਲ ਮੀਡੀਆ ਥਰੂ ਘੁੰਮਦੀ ਮਿਲੀ ਆ, ਅਤੇ ਬੋਡੀ ਵੀ ਇਹ ਆਪ ਕੱਲ੍ਹ ਨਾਲ ਜਾ ਕੇ ਕਹਿੰਦੇ 4 ਘੰਟੇ ਵੇਟ ਕਰਨੀ ਪਈ ਆ ਥਾਣੇ ਦੇ ਵਿੱਚ, ਤਾਂ ਕਿਤੇ ਇਹਨਾਂ ਨੇ ਅਫਸਰ ਇੱਕ ਦਿੱਤਾ ਮੁਲਾਜ਼ਮ, ਤਾਂ ਉਹ ਲਾਸ਼ ਲੈ ਕੇ ਆਏ ਨੇ। ਮੈਂ ਬੇਨਤੀ ਇਹ ਕਰਦਾ ਵੀ ਦੇਖੋ ਕਿਹੋ ਟਾਈਮ ਆ ਗਿਆ, ਇੱਕ ਪਰਿਵਾਰ ਦਾ, ਇੱਕ ਪਿੰਡ ਦਾ, ਇੱਕ ਬੱਚਾ ਨੌਜਵਾਨ ਮਰ ਜਾਂਦਾ, ਪੁਲਿਸ ਨੇ ਉਹਦੀ ਹੈਲਪ ਤਾਂ ਕੀ ਕਰਨੀ ਆ, ਉਲਟਾ ਉਹਨਾਂ ਨੂੰ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ। ਬਲਕਿ ਫਰਜ਼ ਇਹ ਬਣਦਾ ਵੀ ਜਦੋਂ ਕੋਈ ਜ਼ਖਮ ਲਾਦਾ ਤਾਂ ਪਹਿਲਾਂ ਮੱਲਮ ਲਾਓ, ਬੰਦਿਆਂ ਦਾ ਰੋਸਾ ਠੰਡਾ ਕਰੋ, ਫਿਰ ਇਹ ਪਤਾ ਕਰੋ ਕਾਰਨ ਕੀ ਹੋਏ ਨੇ, ਉਹ ਵਾਕਈ ਮੌਤ ਹੋਈ ਆ ਜਾਂ ਕੋਈ ਹੋਰ ਕਾਰਨ ਨੇ, ਉਹ ਪਤਾ ਕਰਾਉਣ ਦੀ ਬਜਾਏ ਸ਼ਰੇਆਮ ਧੱਕਾ ਕੀਤਾ ਜਾ ਰਿਹਾ। ਜਿਹੜਾ ਇਹਨਾਂ ਨੂੰ ਹੀ ਸਵੇਰ ਦਾ 3-4 ਵਾਰ ਥਾਣੇ ਬੁਲਾ ਲਿਆ ਵੀ ਘੰਟੇ ਬਾਅਦ ਆਇਓ, 2 ਵਾਰ ਆਇਓ, ਤਾਂ ਅਸੀਂ ਦੂਜੇ ਬੰਦੇ ਜਿਨ੍ਹਾਂ 'ਤੇ ਸ਼ਾਕਾ ਬੁਲਾਉਂਦੇ ਹਾਂ। ਇਸ ਨਾਲ ਰੋਸਾ ਵੱਧਦਾ ਹੋਇਆ ਅੱਜ ਇਹ ਮਾਹੌਲ ਆ ਗਿਆ ਕਿ ਅੱਜ ਆਪਾਂ ਕਹਿ ਸਕਦੇ, ਅਸੀਂ ਬਾਕੀ ਸ਼ਹਿਰਾਂ ਦਾ ਸੁਣਦੇ ਸੀ ਵੀ ਜਦੋਂ ਦੀ ਆਮ ਆਦਮੀ ਸਰਕਾਰ ਆਈ ਹੈ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਨਾਕਾਮ ਆ, ਤਾਂ ਇੱਥੇ ਹੀ ਦੇਖਣ ਨੂੰ ਮਿਲ ਰਿਹਾ। ਇੱਕ ਘਰ ਦਾ ਇੱਕ ਨੌਜਵਾਨ ਚਿਰਾਗ ਜਿਹੜਾ ਇਹਨਾਂ ਨੂੰ ਛੱਡ ਕੇ ਜਾ ਚੁੱਕਿਆ, ਅਤੇ ਉਹਦੇ ਲਈ ਕਸੂਰਵਾਰ ਜੇ ਭਾਵੇਂ ਕੋਈ ਹੋਵੇ, ਪਰ ਇਸ ਟਾਈਮ ਜੋ ਹਾਲਾਤ ਨੇ ਸਿੱਧੇ ਤੌਰ 'ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ, ਕਿਉਂਕਿ ਕਾਰਵਾਈ ਕੋਈ ਨਹੀਂ ਕਰ ਰਿਹਾ। ਪਿੰਡ ਵਾਲੇ ਸਾਰੇ ਇੱਥੇ ਆਏ ਬੈਠੇ ਨੇ, ਕਿਸੇ ਨੂੰ ਕੋਈ ਹੌਸਲਾ ਦੇਣ ਜਾਂ ਕੋਈ ਗੱਲ ਦਾ ਨਿਪਟਾਰਾ ਕਰਨ ਨਹੀਂ ਆ ਰਿਹਾ। ਜਿਹੜੀ ਉਹ ਡੈੱਡ ਬੋਡੀ ਆ ਉਹ ਹੁਣ ਤੱਕ ਸਿਵਲ ਹਸਪਤਾਲ 'ਚ ਪਈ ਆ, ਕਿਉਂਕਿ ਪਰਿਵਾਰਾਂ ਦਾ ਕਹਿਣਾ ਵੀ ਜਦ ਤੱਕ ਜਿਹੜੀਆਂ ਅਸੀਂ ਸ਼ੱਕ ਨੇ ਸਾਨੂੰ 4-5 ਬੰਦਿਆਂ 'ਤੇ, ਅਸੀਂ ਨਾਮ ਵੀ ਦਿੱਤੇ ਨੇ, ਜਦ ਤੱਕ ਢੁੱਕਵੀਂ ਕਾਰਵਾਈ ਨਹੀਂ ਹੁੰਦੀ ਅਸੀਂ ਨਾ ਬੋਡੀ ਉੱਥੇ ਚੱਕਣੀ ਆ ਨਾ ਉਹਦਾ ਪੋਸਟਮਾਰਟਮ ਕਰਾਉਣਾ। ਹਾਂਜੀ, ਮੈਨੂੰ ਅੱਜ ਪਤਾ ਲੱਗਿਆ ਕਿ ਸਮਰਾਲੇ ਜੋ ਰਾਜੇ ਵਾਲ ਪਿੰਡ ਹੈ ਸਮਰਾਲੇ ਦਾ, ਉੱਥੇ ਇੱਕ ਐਸੀ ਭਾਈਚਾਰੇ ਨਾਲ ਸੰਬੰਧਿਤ ਸਾਡੇ ਨੌਜਵਾਨ ਸਾਥੀ ਸੀ, ਜਿਹੜੀ ਡੈੱਥ ਹੋਇਆ ਅੱਜ ਕੱਲ੍ਹ ਡੈੱਡ ਬੋਡੀ ਨਹਿਰ 'ਚੋਂ ਮਿਲੀ ਆ ਪਟਿਆਲੇ ਕੋਲੋਂ। ਸੋ ਉਹਦੇ ਪਰਿਵਾਰ ਨੇ, ਉਹਨਾਂ ਦੇ ਪਿੰਡ ਨੇ ਅਤੇ ਪੂਰੇ ਹਲਕੇ ਸਮਰਾਲੇ ਨੇ ਇਸ ਪ੍ਰਸ਼ਾਸਨ ਦੀ ਨਾਕਾਮੀ ਨੂੰ ਦੇਖਦੇ ਹੋਏ ਅੱਜ ਧਰਨਾ ਜਾਂ ਚੌਂਕ ਆਜਾਮ ਕੀਤਾ। ਕਿਉਂਕਿ ਮੈਂ ਤਾਂ ਇਹੀ ਸਮਝਦਾ ਵੀ ਜਦੋਂ ਦੀ ਸਰਕਾਰ ਆਈ ਹੈ ਕਿਸੇ ਦਾ ਨੌਜਵਾਨ ਦੇ ਗੋਲੀਆਂ ਮਾਰਤੀਆਂ, ਕਿਤੇ ਚਾਕੂ ਮਾਰਤੇ, ਕੋਈ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਸੋ ਅੱਜ ਅਸੀਂ ਜਦ ਇੱਥੋਂ ਆਏ ਹਾਂ, ਹੁਣ ਇਹਨਾਂ ਨੂੰ ਪੁੱਛਿਆ, 5 ਭੈਣਾਂ ਦਾ ਇਕੱਲਾ ਭਰਾ ਸੀਗਾ, 20-21 ਸਾਲ ਦੀ ਏਜ ਸੀ ਉਹਦੀ। ਇਹਨਾਂ ਦੇ ਪਰਿਵਾਰ ਦੇ ਕਹਿਣਾ ਅਤੇ ਦੱਸਿਆ ਉਹਨਾਂ ਨੇ ਵੀ 5-6 ਦਿਨ ਅਸੀਂ ਪਹਿਲਾਂ ਰਿਪੋਰਟ ਲਿਖਾ ਚੁੱਕੇ ਹਾਂ, ਪਰ ਅੱਜ ਇਹਨਾਂ ਨੇ 2 ਬੰਦੇ ਹੁਣ ਇਨਵੈਸਟੀਗੇਸ਼ਨ ਲਈ ਫੜੇ ਨੇ, ਅਜੇ 2 ਬਾਹਰ ਨੇ। ਸੋ ਅਸੀਂ ਤਾਂ ਇਹੀ ਚਾਹੁੰਦੇ ਹਾਂ ਭਗਵੰਤ ਮਾਨ ਜੀ ਨੂੰ ਕਿ ਬੜੀਆਂ ਬੜੀਆਂ ਫੜਾਂ ਮਾਰਨਾ ਛੱਡ ਕੇ
आ जिहड़े बेचारे साडे एसी भाईचारे ने आ सड़कां ते लोक बैठे ने साडियां मातावां साडियां भैणां धुप्पां दे विच इहनां दा पुत्त गया इहनां नूं इंसाफ मिलना चाहीदा। सो प्रशासन नूं भी बेनती है कि अपने अकामां तों हट के आपां लोकां दे नाल खड़ीए लोकां दा साथ दईए। सो बच्चे दे कातलां नूं फड़ के उहनां नूं अंदर कीता जावे, जो भी है उहनां नूं अंदर कीता जावे, परिवार नूं बणदा जिहड़ा इंसाफ है उह दिवाया। दूजे पासे समराला दे थाना मुखी पिंदर सिंह ने कहा कि लाश मिलन मगरों परिवार दे बयान दर्ज किते सी अते परिवारिक मेंबरां वालों पोस्टमार्टम करवाउण तों इनकार किया गया, हुण धरना लगाया होया, बयान दर्ज नहीं करवाए जा रहे, पुलिस अपनी जांच दे विच जुटी होई है। सर चौंक च धरना लग्या होया, की मसला है? इह ना इक लड़का सीगा जादविंदर सिंह राजेवाल पिंड दा, उह कई दिन तों घर नहीं आया, गुम सीगा। कल उसकी डेड बॉडी मिली आ भाखड़ा नहर चो टौड़े को, डेड बॉडी लिया के हॉस्पिटल रखती। उन्होंने जो बयान लिखाया उस बयान मुताबक असी कागजात तैयार करते, जो तो सुबह पोस्टमार्टम कराने वास्ते गए वो कह लगे भी ये सानू मंजूर नहीं है कागजात। असं उन्होंने कहा भी होर जो लिखा अज वो लिखा दो, हूँ ये धरने पर बैठे ने पर साढ़े को आके कोई बयान नहीं लिखा रहा भी असी कार्रवाई कर सकी। गिरफ्तारी भी हुई किसी नहीं, किसी की गिरफ्तारी तो कोई परचे नहीं दर्ज होया, हल्त पोस्टमार्टम नहीं होया, परचे दर्ज नहीं होया कोई। और उन्होंने कह रहे भी पुलिस कार्रवाई नहीं कर रही। मैं तुम्हें दसता भी कार्रवाई कर रहा है, कॉल ट्रेल पाई से वो अज आ गई, वो भी वेरीफाई हो रही है। इन्हों के कहने मुताबक इन्होंने लिखाण मुताबक असं सारे कागज पोस्टमार्टम वास्ते तैयार करते थे, पर सवेरे इन्होंने पोस्टमार्टम नहीं कराया, रात साडे कोलो बिल्कुल सैटिस्फाई होकर गए ने। इन्होंने यह भी गल कही है भी साडे मुंडे की कॉल ट्रेल कढ़ाई जाए, कॉल ट्रेल कढ़ाने तो बाद जे कोई गलबात उस सामने आती है तो कार्रवाई की जाए। पीड़ित परिवार नूं इंसाफ मिलेगा जां फिर नहीं, इह तां हुण आउण वाला समां ही दसेगा। A1 मीडिया लई समराला तों अनुराग संदल दी खास रिपोर्ट।